ਮਾਰਕ ਅੱਜ ਅਸਾਂ ਤੁਹਾਨੂੰ ਪਾਕਿਸਤਾਨ ਦੇ ਸਭ ਤੋਂ ਵੱਡੇ ਦਰਿਆ ਦਰਿਆ ਸਿੰਧ ਦੀ ਮੁਕੰਮਲ ਸੈਰ ਕਰੇ ਸੋ ਤੇ ਪਾਣੀ ਦਾ ਪੂਰਾ ਵਿਊ ਦੇ ਸੋ ਅਸਲਾਮ ਅਲੈਕੁਮ ਮਾਰਕ ਸ਼ੁਰੂ ਕਰੇ ਨੇ ਅੱਜ ਦਾ ਵਲੌਗ ਅੱਜ ਅਸਾਂ ਪਹੁੰਚ ਗਏ ਹੈਡ ਤੌਸਾ ਪਿਰਾਜ ਤੇ ਜਿਹੜਾ ਜਨੂਬੀ ਪੰਜਾਬ ਦੀ ਸਭ ਤੋਂ ਵੱਡੀ ਮਸ਼ਹੂਰ ਤਫਰੀਕ ਆ ਸਮਝੀ ਵਿੱਚ ਨਾ ਸਿਰਫ ਜਨੂਬੀ ਪੰਜਾਬ ਦੀ ਬਲਕਿ ਪੂਰੀ ਪਾਕਿਸਤਾਨ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਹੈ ਅਗਰ ਇਹਦੀ ਲੰਬਾਈ ਦੀ ਗੱਲ ਕੀਤੀ ਵਿੱਚ ਤੇ ਇਹਦੇ ਗੇਟੇ ਤੋਂ ਗੁਜ਼ਰਦੇ ਗੁਜ਼ਰਦੇ ਸਾਕੋ ਪੂਰਾ ਜਿਹੜਾ 10 ਮਿੰਟ ਲੱਗ ਪਏ ਨੇ ਔਰ 1 ਕਿਲੋਮੀਟਰ ਇਹ ਸਫ਼ਰ ਅਗਰ ਅਸੀਂ ਕੋਈ ਇੰਜੋਏ ਕਰੇ ਤੇ ਇਹਦੀ ਪੁਲ ਇਤਨੀ ਜ਼ਿਆਦਾ ਪੁਰਾਣੀ ਹੈ ਅੰਗਰੇਜ਼ਾਂ ਦੇ ਤੌਰ ਤੇ ਔਰ ਇਹ ਐਕਸਪਾਇਰੀ ਥੀ ਚੁਕੇ ਪਾਕਿਸਤਾਨ ਲੈ ਕੋਲ ਇਤਨਾ ਬਜਟ ਕਹਿ ਨਹੀਂ ਕਿ ਇਹਦੀ ਜਿਹੜਾ ਪੁਲ ਬਣਾ ਸਕੇ ਦਰਿਆ ਤੋਂ ਮੈਂ ਕੋਈ ਯਾਦ ਆਏ ਕਿ ਮੈਂ ਅੰਮੀ ਦੱਸੇ ਕਿ ਮੇਰਾ ਨਾਨਾ ਇਹਦੇ ਗੇਟੇ ਕੋ ਰੰਗ ਕਰੇਂਦੇ ਹੋਏ ਤੱਲੇ ਗਿਰ ਗਿਆ ਹੈ ਤੇ ਜਿਹੜਾ ਤਰਦੇ ਤਰਦੇ ਸਰਦੇ ਦੇ ਵਿੱਚ ਉਹ ਨਿਕਲ ਆਇਆ ਹੈ ਅਸਾਂ ਕਾਫੀ ਜ਼ਿਆਦਾ ਦੇਰ ਉੱਤੇ ਗੁਜ਼ਾਰਨ ਤੋਂ ਬਾਅਦ ਅਸਾਂ ਜਿਹੜਾ ਨਾ ਉਹਦੇ ਨਾਲ ਵਾਲੇ ਕਰੀਬੀ ਹੋਟਲਾਂ ਤੇ ਵੇਂਦੇ ਪਏ ਜਿਹੜੀ ਆਪਣੀ ਖੂਬਸੂਰਤੀ ਨਾਲ ਸਫਾਈ ਨਾਲ ਤੇ ਝੂਲਿਆਂ ਦੀ ਮੁਨਾਸਬਤ ਨਾਲ ਕਾਫੀ ਜ਼ਿਆਦਾ ਮਸ਼ਹੂਰ ਹੈ ਪਹਿਲੇ ਪਹਿਲ ਅਸਾਂ ਮੰਜਣ ਸੱਟ ਆਪਣੇ ਮੋਟਰਸਾਈਕਲਾਂ ਕੋ ਜਿਹੜਾ ਸਟੈਂਡ ਤੇ ਲਾਏ ਇੱਕ ਪਰਚੀ ਕੀਤੀ ਉਹਦੇ ਬਾਅਦ ਅਸਾਂ ਰਿਵਰ ਇਨ ਰੈਸਟੋਰੈਂਟ ਦੇ ਅੰਦਰੋਂ ਦਾਖਲ ਤਾਇਆ ਪਹਿਲੀ ਦਫ਼ਾ ਸੱਜੀ ਸਾਈਡ ਤੇ ਟਕ ਸ਼ੋਪ ਆਉਂਦੀ ਹੈ ਖੱਬੀ ਸਾਈਡ ਤੇ ਨਾਲ ਸਾਕੋ ਇੱਕ ਮਰਿਆ ਹੋਇਆ ਹਿਰਨਿਆ ਦੇਖਣ ਕੋ ਮਿਲ ਸਕੇ ਤੇ ਉਹਦੇ ਅੱਗੋ ਇੱਕ ਫੁਆਰਾ ਪਿਆ ਉਸ ਜਿਹੜਾ ਅੱਜ ਟੋਟਲੀ ਬੰਦ ਹੈ ਬਾਅਦ ਜਿਸ ਉਹਦਾ ਵਿਊ ਕੀਤੇ ਦਰਿਆ ਦੀ ਤਲ ਚ ਵਾਂਝ ਕੇ ਰਿਠੇ ਸੀ ਜਿੱਦਾਂ ਘੋੜਾ ਖੜਾ ਇੱਥੇ ਜਿਹੜਾ 100 ਰੁਪਿਆ ਇੱਕ ਨਿੱਕੇ ਜਿਹੜੇ ਚੱਕਰ ਦਾ ਕਹਿੰਦੇ ਉਹਦੇ ਬਾਅਦ ਇੱਥੇ ਕਾਫੀ ਜ਼ਿਆਦਾ ਝੌਂਪੜੀਆਂ ਲੱਗੀਆਂ ਪੈਣ ਇਹ ਝੌਂਪੜੀਆਂ ਫਕੀਰੇ ਕਿਤੇ ਨਹੀਂ ਬਲਕਿ ਜਿਹੜੇ ਵੀ ਸਿਆਹ ਆਸਨ ਬਹਿ ਕੇ ਇੰਜੋਏ ਕਰੇ ਸੀ ਤੇ ਉਹਦੇ ਨਾਲ ਸਿੰਗਰ ਤੇ ਗਾਣੇ ਗਾਵਣ ਕਿਤੇ ਵੀ ਇੰਤਜ਼ਾਮ ਕੀਤਾ ਗਿਆ ਅਗਰ ਉੱਤੇ ਅਸਾਂ ਜਾ ਕੇ ਵੇਸੂ ਦੇਖ ਸੂ ਤੇ ਕਾਫੀ ਜ਼ਿਆਦਾ ਪੂਰਾ ਵਿਊ ਸਾਕੂ ਨਜ਼ਰ ਆਸੀ ਜਿਹਦੇ ਵਿੱਚ ਹੈਡ ਤੌਸਾ ਬਿਰਾਜ ਦਾ ਪੂਰਾ ਵਿਊ ਉੱਤੇ ਕੋਲੋਂ ਨਜ਼ਰ ਆਉਂਦੇ ਇਹਦੇ ਪੂਰਾ ਇੱਕ ਇੱਕ ਗੇਟ ਅਸਾਂ ਕਰੀਬ ਕੋਲੋਂ ਦੇਖ ਸਕਦੇ ਹਾਂ ਅਸਾਂ ਉੱਥੇ ਖੜ ਕੇ ਕਾਫੀ ਜ਼ਿਆਦਾ ਵੀਡੀਓਜ਼ ਵੀ ਬਣਾਏ ਸਲੋਮੋ ਵੀ ਬਣਾਏ ਤੇ ਅਸਾਂ ਸੂਰਜ ਦੇ ਗਰੂਪ ਹੋਣ ਦਾ ਕੁਝ ਮੰਜ਼ਰ ਵੀ ਕੈਪਚਰ ਕੀਤੇ ਉਹਦੇ ਨਾਲ ਇੱਕ ਛੋਟੀ ਜਿਹੀ ਝੀਲ ਹੈ ਜਿਹੜੀ ਬਹਿੰਦੀ ਹੋਈ ਵੇਤੀ ਹੈ ਤੇ ਨਦੀ ਦੀ ਸ਼ਕਲ ਅਖਤਿਆਰ ਕਰਕੇ ਨੀਵੇਂ ਲੱਗਦੇ ਕਿ ਅਸਾਂ ਝੀਲ ਸੈਫੁਲ ਮਲੂਕ ਵਿੱਚ ਪਹ ਗਏ ਹਾਂ ਉਹਦੇ ਬਾਅਦ ਅਸਾਂ ਦਰਿਆ ਦੇ ਕਿਨਾਰੇ ਚ ਲਹਿ ਗਏ ਹਾਂ ਤੇ ਉੱਥੇ ਵਾਂਝ ਕੇ ਅਸਾਂ ਡਿੱਠੇ ਜਿਹੜਾ ਪਾਣੀ ਦਾ ਬਹਾਓ ਬੜਾ ਤੇਜ਼ ਹੈ ਤੇ ਹਵਾ ਵੀ ਸਾਕੂ ਕਪੇਂਦੀ ਵੇਂਦੀ ਹੈ ਬਾਅਦ ਚ ਅਸਾਂ ਆ ਗਏ ਹਾਂ ਝੂਲੇ ਕਾਵਣ ਕਿਤੇ ਛੋਟੇ ਬਾਲੇ ਜ਼ਿੱਦ ਕਰ ਕੀਤੀ ਹੈ ਕਿ ਸਾਕੂ ਜਿਹੜਾ ਇਹਨੇ ਘੋੜਿਆਂ ਵਾਲੇ ਝੂਲੇ ਤੇ ਇੰਜੋਏ ਕਰਾਓ ਅਸਾਂ ਜਨਾਬ 50 ਰੁਪਏ ਦੀ ਇੱਕ ਟਿਕਟ ਕੀਤੀ ਹੈ ਤੇ ਅਸਾਂ ਆਣ ਕੇ ਬਾਲੇ ਕੋ ਜਨਾਬ ਘੁਮਾਵਣ ਸ਼ੁਰੂ ਕਰ ਦਿੱਤੇ ਥੋੜੀ ਜਿਹੀ ਦੇਰ ਘੁੰਮੇ ਹੀ ਆਣ ਕੇ ਬਾਲੇ ਸਾਨੇ ਕੋ ਚੱਕਰ ਆਵਣ ਆ ਗਏ ਉਹਨੇ ਕੋ ਅਸਾਂ ਲਾਹਵਣ ਤੋਂ ਬਾਅਦ ਸਿੱਧਾ ਜਿਹੜਾ ਹੈ ਬਣ ਕੇ ਮੱਛਲੀ ਆਰਡਰ ਕੀਤੀ ਹੈ 700 ਰੁਪਏ ਕਿਲੋ ਸਾਕੂ ਮੱਛਲੀ ਦਿੱਤੀ ਨੇ ਤੇ ਅਸਾਂ 3000 ਦੀ ਮੱਛਲੀ ਖਾ ਕੇ ਆਪਣੇ ਘਰ ਵਾਪਸ ਆ ਗਏ ਉਮੀਦ ਹੈ ਕਿ ਅੱਜ ਦਾ ਵਲੌਗ ਅੱਛਾ ਲੱਗਾ ਚਲੋ ਯਾਰ ਮਿਲਤੇ ਹੈ ਨੈਕਸਟ ਵੀਡੀਓ ਚ ਅੱਲਾ ਹਾਫਿਜ਼।